नमस्कार दोस्तों, स्वागत है ਤੁਹਾਡਾ ਸਾਡੇ YouTube ਚੈਨਲ ਸਾਈਪਰਸ ਲਾਈਵ ਦੇ ਵਿੱਚ। ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਾਈਪਰਸ ਲਾਈਵ। ਦੋਸਤੋ ਇਸ ਚੈਨਲ ਦੇ ਵਿੱਚ ਹਮੇਸ਼ਾ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਸਾਈਪਰਸ ਦੇ ਬਾਰੇ ਹੁੰਦੀ ਆ। ਜੋ ਵੀ ਜਾਣਕਾਰੀ ਹੁੰਦੀ ਹੈ ਉਹ ਅਸੀਂ ਇਸ ਚੈਨਲ ਦੇ ਵਿੱਚ ਅਪਲੋਡ ਕਰ ਦਿੰਦੇ ਹਾਂ, ਵੀਡੀਓ ਬਣਾ ਕੇ ਅਤੇ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚਾਉਂਦੇ ਹਾਂ। ਅਤੇ ਦੋਸਤੋ ਇੱਕ ਅੱਜ ਇੱਕ ਹੋਰ ਖਾਸ ਜਾਣਕਾਰੀ ਸੀਗੀ ਜਿਹੜੀ ਜ਼ਿਆਦਾ ਸਾਰਿਆਂ ਨਾਲ ਹੀ ਪਹੁੰਚਾਉਣੀ ਜ਼ਰੂਰੀ ਸੀਗੀ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਬਾਰੇ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਬਹੁਤ ਹੀ ਇੱਕ ਮਾੜੀ ਗੱਲ ਆ ਅਤੇ ਜਿਸ ਬੰਦੇ ਨਾਲ ਹੋਲੀ ਆ ਉਸ ਨੂੰ ਹੀ ਪਤਾ ਉਹਨਾਂ ਕਿੰਨੀ ਕੁ ਮਾੜੀ ਹੋਈ ਆ। ਅਤੇ ਇੱਕ ਸਾਡਾ ਇੱਕ ਸਬਸਕ੍ਰਾਈਬਰ ਸੀਗਾ ਜਿਹਨੇ ਸਾਨੂੰ ਜਾਣਕਾਰੀ ਦਿੱਤੀ ਕਿ ਉਹ ਸਾਲ ਪਹਿਲਾਂ ਇੱਥੇ ਸਾਈਪ੍ਰਸ ਵਾਸਤੇ ਉਹਨਾਂ ਦਾ ਵੀਜ਼ਾ ਕਿਸੇ ਨੇ ਕਢਾਇਆ ਸੀਗਾ, ਕੋਈ ਏਜੰਟ ਨੇ ਕਿਸੇ ਨੇ ਕਢਾਇਆ ਸੀਗਾ ਜੋ ਸੀਗਾ ਉਹ ਜਿਹੜਾ ਵੀਜ਼ਾ ਸੀ ਉਹ ਡੁਪਲੀਕੇਟ ਸੀਗਾ। ਅਤੇ ਉਸ ਤੋਂ ਬਾਅਦ ਜਦੋਂ ਉਹ ਸਾਈਪ੍ਰਸ ਦਿੱਲੀ ਵਾਲਿਆਂ ਨੇ ਉਹਨੂੰ ਸਾਈਪ੍ਰਸ ਭੇਜਤਾ ਸੀਗਾ ਅਤੇ ਸਾਈਪ੍ਰਸ ਤੋਂ ਉਹ ਬਾਅਦ ਦੇ ਵਿੱਚ ਸਾਈਪ੍ਰਸ ਵਾਲਿਆਂ ਨੇ ਉਹਨੂੰ ਪਿੱਛੇ ਵਾਪਸ ਫਿਰ ਮੋੜ ਦਿੱਤਾ ਸੀਗਾ ਕਿਉਂਕਿ ਉਹ ਡੁਪਲੀਕੇਟ ਵੀਜ਼ਾ ਸੀਗਾ। ਜਦੋਂ ਵੀਜ਼ਾ ਜਿਹੜਾ ਸਾਈਪ੍ਰਸ ਦਾ ਵੀਜ਼ਾ ਉਹ ਇੱਥੇ ਆਣ ਕੇ ਹੀ ਚੈੱਕ ਹੁੰਦਾ ਵਾ, ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦਿੱਲੀ ਭੇਜ ਦਿੱਤਾ ਅਤੇ ਉਹ ਦਿੱਲੀ ਵਾਲਿਆਂ ਨੇ ਉਹਦਾ ਪਾਸਪੋਰਟ ਵਗੈਰਾ ਜ਼ਬਤ ਕਰ ਲਿਆ ਸੀਗਾ। ਉਸ ਸਬਸਕ੍ਰਾਈਬਰ ਨੇ ਸਾਡੇ ਨੇ ਫਰੈਂਡ ਨੇ ਦੋਸਤ ਨੇ ਉਸ ਗੱਲ ਨੂੰ ਨੋਰਮਲੀ ਸਮਝਿਆ ਕਿ ਉਹ ਵਾਪਸ ਚਲਾ ਗਿਆ ਜਦੋਂ ਆਪਣੇ ਘਰ ਵਾਸ ਬਾਅਦ ਤੋਂ ਉਹਦੇ ਵਿੱਚ ਉਹਨੇ ਉਹ ਕੋਈ ਉਹਦੀ ਪੁੱਛ ਪੜਤਾਲ ਨਹੀਂ ਕੀਤੀ। ਉਹਨੇ ਇਹ ਹੀ ਸਮਝਿਆ ਵੀ ਚਲੋ ਜੋ ਇਨਕੁਆਇਰੀ ਹੋਗੀ ਅਤੇ ਹੋ ਕੇ ਸਾਡਾ ਜਿਹੜਾ ਪਾਸਪੋਰਟ ਆ ਉਹ ਮੈਨੂੰ ਵਾਪਸ ਮੈਨੂੰ ਮਿਲ ਜੂਗਾ, ਪਰ ਇੱਦਾਂ ਦਾ ਕੁਛ ਨਹੀਂ ਹੋਇਆ। ਉਸ ਤੋਂ ਬਾਅਦ ਜਦੋਂ ਸਾਲ ਬਾਅਦ ਇਹਦਾ ਥੋੜ੍ਹਾ ਟਾਈਮ ਪੈਣ ਤੋਂ ਬਾਅਦ ਉਹਦਾ ਪਾਸਪੋਰਟ ਨਹੀਂ ਆਇਆ ਅਤੇ ਉਹਨਾਂ ਨੇ ਥੋੜ੍ਹੀ ਪੁੱਛ ਪੜਤਾਲ ਵੀ ਕੀਤੀ ਪਰ ਉਹਨਾਂ ਨੂੰ ਕੁਛ ਨਹੀਂ। ਉਹਨਾਂ ਨੇ ਵਗੈਰਾ ਏਜੰਟ ਵਗੈਰਾ 'ਤੇ ਸਾਰੇ ਕੇਸ ਵੀ ਕੀਤੇ, ਆਪਣੇ ਜਿੱਥੇ ਉਹ ਲੋਕਲ ਏਰੀਏ 'ਚ ਰਹਿੰਦੇ ਸੀ ਉੱਥੇ ਉਹਨਾਂ ਨੇ ਕੇਸ ਵੀ ਕੀਤੇ ਉਸ ਏਜੰਟ ਵਗੈਰਾ 'ਤੇ ਜਿਹਨੇ ਉਹਦਾ ਵੀਜ਼ਾ ਕਢਾਇਆ ਸੀਗਾ। ਪਰ ਉਸ ਤੋਂ ਬਾਅਦ ਜਦੋਂ ਸਾਲ ਬਾਅਦ ਉਹਨਾਂ ਦੇ ਘਰ ਕੋਈ ਜਿਹੜਾ ਦਿੱਲੀ ਤੋਂ ਹਾਈ ਕੋਰਟ ਵੱਲੋਂ ਕੋਈ ਬੰਦਾ ਗਿਆ, ਜਿਹੜਾ ਕੋਈ ਮੁਲਾਜ਼ਮ ਗਿਆ, ਅਤੇ ਉਹ ਜਦੋਂ ਉਹਨਾਂ ਦੇ ਘਰ ਗਿਆ ਐਡਰੈਸ 'ਤੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਇਸ ਤਰ੍ਹਾਂ ਤੁਹਾਡੇ 'ਤੇ 420 ਦਾ ਕੇਸ ਹੋਇਆ ਪਿਆ ਵਾ ਦਿੱਲੀ ਹਾਈ ਕੋਰਟ ਦੇ ਵਿੱਚ, ਅਤੇ ਤੁਸੀਂ 420 ਦਾ ਇਹ ਕੇਸ ਆ ਉਹਨਾਂ ਦੇ ਘਰ ਸੰਮਣ ਲੈ ਕੇ ਚਲੇ ਗਿਆ। ਇਸ ਲਈ ਮੈਂ ਦੱਸਣਾ ਚਾਹੁੰਦਾ ਵਾਂ ਕਿਉਂਕਿ ਜੇ ਕੋਈ ਬੰਦੇ ਨਾਲ ਤੁਹਾਡੇ ਨਾਲ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਘਟਨਾ ਹੋਈ ਆ, ਤੁਸੀਂ ਜੇ ਵਾਪਸ ਚਲ ਜਾਂਦੇ ਆ ਉਸ ਨੂੰ ਇਹ ਨੋਰਮਲ ਗੱਲ ਨਾ ਸਮਝੋ, ਕਿਉਂਕਿ ਇਸ ਕੇਸ ਦੇ ਬਾਅਦ 420 ਦਾ ਕੇਸ ਹੋ ਜਾਂਦਾ ਉਸ ਬੰਦੇ 'ਤੇ ਅਤੇ ਬਹੁਤ ਮੁਸੀਬਤ ਆਉਂਦੀ ਆ। 3 ਮਹੀਨੇ ਉਹਦੀ ਜ਼ਮਾਨਤ ਵੀ ਨਹੀਂ ਹੁੰਦੀ ਹੈਗੀ ਅਤੇ ਵਕੀਲ ਕਰਨਾ ਪੈਂਦਾ ਵਾ, ਦਿੱਲੀ ਹਾਈ ਕੋਰਟ ਦੇ ਵਿੱਚ ਇਹ ਕੇਸ ਪਹੁੰਚ ਜਾਂਦਾ ਵਾ। ਅਤੇ ਵੱਧ ਤੋਂ ਵੱਧ ਹੋਰ ਲੋਕਾਂ ਨੂੰ ਵੀ ਇਸ ਵੀਡੀਓ ਨੂੰ ਸ਼ੇਅਰ ਕਰਿਓ। ਜੇਕਰ ਇਹ ਜਾਣਕਾਰੀ ਸਾਡੇ ਚੈਨਲ ਦੇ ਵਿੱਚ ਜਿਹੜੀਆਂ ਵੀਡੀਓ ਹੁੰਦੀਆਂ ਵਾ ਜੇਕਰ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਇਸ ਜਾਣਕਾਰੀਆਂ ਨੂੰ ਹਰੇਕ ਨਾਲ ਸਾਂਝੀ ਕਰਿਆ ਕਰੋ ਤਾਂ ਜੋ ਕੋਈ ਵੀ ਇਸ ਤਰ੍ਹਾਂ ਦੇ ਮਤਲਬ ਕੇਸਾਂ 'ਚ ਜਾਂ ਇਸ ਤਰ੍ਹਾਂ ਦੇ ਚੱਕਰਾਂ ਦੇ ਵਿੱਚ ਨਾ ਫਸ ਜਾਵੇ ਅਤੇ ਸਾਈਪ੍ਰਸ ਵਿੱਚ ਆਉਣ ਤੋਂ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਆਪਣੇ ਵੀਜ਼ਾ ਅਤੇ ਜਿਹੜਾ ਵੀ ਕੋਈ ਏਜੰਟ ਆ ਉਹ ਆਪਣਾ ਭਰੋਸੇਮੰਦ ਏਜੰਟ ਹੋਵੇ ਅਤੇ ਉਹਦੇ ਨਾਲ ਹੀ ਕੰਟੈਕਟ ਕਰਕੇ ਆਉਣਾ। ਉਮੀਦ ਆ ਜੀ ਇੰਨੀ ਕੁ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਜੇਕਰ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ ਰੱਬ।